अज आप ढडरिया वाले ढडरिया वाले की भाषा दे विच ही जवाब देवांगे। इन्हे कहा सीगा पहला इहदी भाषा वेखो जी, उत्थो हजूर साहब तो पेशेंट आए संगत नूं इह पेशेंट दस तू जड़िया दो ढोलकियां खड़काउना अपने नाल दरबार साहब ते हरिमंदर साहब इदां ढोलकियां खड़कदियां तू जिहड़े कैसी उह वजाउना नाल उह दरबार साहब इदां हुंदा ਉਹ ਕਿੱਥੇ ਇੱਦਾਂ ਹੁੰਦਾ ਸੁਣ ਉਹ ਜਿਹੜੇ ਭੇਟਾਂ ਗਾਉਂਦੇ ਆ ਨਾ ਮੰਦਰਾਂ ਦੇ ਵਿੱਚ ਮਾਤਾ ਦੀਆਂ ਉਹ ਵਜਾਉਂਦੇ ਆ ਕੈਸੀਓ ਉਹ ਖੜਕਾਉਂਦੇ ਆ ਇੱਦਾਂ ਢੋਲਕੀਆਂ ਤੇ ਉਹ ਖੜਕਾਉਂਦੇ ਆ ਇੱਦਾਂ ਚਿਮਟੇ ਤੇ ਕਿਹਦੇ ਨਾਲ ਰਲਦੀ ਫਿਰ ਤੇਰੀ ਰੀਤ ਹੁਣ ਤੂੰ ਗੁਰੂ ਨਾਨਕ ਦੇਵ ਜੀ ਦੇ ਉਲਟ ਪ੍ਰਚਾਰ ਕਰਦਾ ਪਿਆ ਬਕਵਾਸ ਮਾਰਦਾ ਰਿਹਾ ਮੂਲ ਮੰਤਰ ਜੋ ਗੁਰਬਾਣੀ ਦਾ ਮੁੱਢਲਾ ਸਿਧਾਂਤ ਹੈ ਉਹਦੇ ਉਲਟ ਰੋਜ਼ ਬਕਵਾਸ ਮਾਰਦਾ ਤੇ ਮੈਂ ਤੇਰੇ ਪਿਓ ਨੂੰ ਪੁੱਛਣਾ ਚਾਹੁੰਦਾ ਵੀ ਇਹ ਗੰਦੀ ਔਲਾਦ ਕਿੱਦਾਂ ਜੰਮੀ ਸੀ ਲੋਕੀ ਕਹਿੰਦੇ ਹੁੰਦੇ ਕੀ ਖਾ ਕੇ ਜੰਮਿਆ ਸ਼ਰਾਬ ਪੀ ਕੇ ਜੰਮਿਆ ਸੀ ਤੇਰੇ ਪਿਓ ਨੇ ਤੈਨੂੰ ਸ਼ਰਾਬੀ ਸੀਗਾ ਸਿਰੇ ਦਾ ਤੇ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਤੂੰ ਆਪਣੇ ਮੂੰਹੋਂ ਮੰਨਿਆ ਵੀ 16 ਸਾਲ ਤੂੰ ਕਿਹਾ ਵੀ ਮੈਂ ਹਰਾਮਜ਼ਾਦਗੀਆਂ ਕੀਤੀਆਂ ਤੇ ਜਿਹੜੇ ਪਿਓ ਨੇ ਤੈਨੂੰ ਸ਼ਰਾਬ ਪੀ ਕੇ ਜੰਮਿਆ ਸੀ ਉਹ ਸ਼ਰਾਬ ਦੀ ਤੇ ਉਹਦਾ ਸਦਕਾ ਹੀ ਤੂੰ 16 ਸਾਲ ਹਰਾਮਜ਼ਾਦਗੀਆਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਢੱਡਰੀਆਂ ਵਾਲੇ ਨੂੰ ਢੱਡਰੀਆਂ ਵਾਲੇ ਦੀ ਭਾਸ਼ਾ ਦੇ ਵਿੱਚ ਹੀ ਜਵਾਬ ਦੇਵਾਂਗੇ। ਜੋ ਇਹਨੇ ਹਜ਼ੂਰ ਸਾਹਿਬ ਦੀ ਸੰਗਤ ਬਾਰੇ ਬਕਵਾਸ ਮਾਰੀ ਸੀ ਉਦੋਂ ਤੇ ਤਖ਼ਤ ਸਾਹਿਬ ਬਾਰੇ ਵੀ ਕਈ ਕੁਛ ਬੋਲਿਆ ਸੀਗਾ। ਹਾਂਜੀ, ਤੇ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ 2 ਹਫ਼ਤੇ ਪਹਿਲਾਂ ਹੀ ਇੰਨਾ ਰੌਲਾ ਪਾਇਆ ਸੀ ਸਾਰੇ ਮੀਡੀਆ ਵਾਲਿਆਂ ਨੇ ਹਜ਼ੂਰ ਸਾਹਿਬ ਦੀ ਸੰਗਤ ਨੂੰ, ਇੰਨੀ ਨੂੰ ਕਰੋਨਾ ਹੋ ਗਿਆ ਜੇ ਅਬੂਆ, ਉਹਦਾ ਸੱਚ ਕੀ ਆ ਹੁਣ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਅਗਰ ਵਾਕਈ ਹੋਇਆ ਸੀ ਤੇ ਸਾਰੇ ਦੇ ਸਾਰੇ ਜਿਹੜੇ ਆ ਕਿੱਦਾਂ ਠੀਕ ਹੋ ਗਏ। ਹਾਂਜੀ, ਤੇ ਉਹਦੀ ਜੋ ਦੁਨੀਆਂ 'ਤੇ ਡੈਥ ਰੇਟ ਕੀ ਆ ਕਰੋਨਾ ਦੀ, ਆਪਾਂ ਸਬੂਤਾਂ ਦੇ ਆਧਾਰ 'ਤੇ ਗੱਲ ਕਰਾਂਗੇ। ਪਹਿਲਾਂ ਜੋ ਇਹਨੇ ਬਕਵਾਸ ਮਾਰੀ ਸੀ ਉਹ ਮਾੜੀ ਜਿਹੀ ਸੁਣੋ, ਫਿਰ ਆਪਾਂ ਕਰਦੇ ਹਾਂ ਗੱਲ ਤੇ ਇਹਦੀ ਭਾਸ਼ਾ 'ਚ ਇਹਨੂੰ ਜਵਾਬ ਦੇਵਾਂਗੇ। ਦੇਖਦੇ ਨਹੀਂ ਆਲੇ ਦੁਆਲੇ ਹੁਣ ਜਿਵੇਂ ਹਜ਼ੂਰ ਸਾਹਿਬ ਤੋਂ ਪੇਸ਼ੈਂਟ ਆਏ, ਕਿੰਨਾ ਰੌਲਾ ਅੱਜ ਕੱਲ੍ਹ ਆਲੇ ਦੁਆਲੇ ਪੈ ਰਿਹਾ। ਸਾਡੇ ਕਿੰਨੇ ਬੰਦੇ ਬੋਲ ਰਹੇ ਆ ਵੀ ਸਿੱਖ ਮੀਡੀਆ ਸਿੱਖਾਂ ਨਾਲ ਧੱਕਾ ਕਰਦਾ। ਜਥੇਦਾਰ ਦਾ ਵੀ ਕੱਲ੍ਹ ਬਿਆਨ ਆਇਆ ਵੀ ਜਿਹੜਾ ਇਹ ਮੀਡੀਆ ਹੈ ਨਾ, ਇਹ ਸਾਡੇ ਨਾਲ ਧੱਕਾ ਕਰਦਾ ਹੈ, ਸਿੱਖਾਂ ਦੇ ਅਸਥਾਨਾਂ ਨੂੰ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਸੋ ਇਹਨੇ ਬਕਵਾਸ ਮਾਰੀ ਸੀ ਉਦੋਂ, ਤੇ ਇਹਨੂੰ ਦੁਨੀਆਦਾਰੀ ਦੇ ਸੱਚ ਬਾਰੇ ਵੀ ਨਹੀਂ ਪਤਾ ਹੁੰਦਾ ਵੀ ਆਲੇ ਦੁਆਲੇ ਕੀ ਹੋ ਰਿਹਾ, ਜਿਹੜਾ ਕੋਈ ਰੱਬ ਬਾਰੇ ਸੱਚੀ ਗੱਲ ਆ ਜਾਂ ਸੱਚ ਆ ਉਹਦੇ ਬਾਰੇ ਤੇ ਇਹਨੂੰ ਘੁੱਗੂ ਨਾਥ ਨੂੰ ਕੀ ਪਤਾ ਹੋਣਾ। ਹਾਂਜੀ, ਤੇ ਇਹਨੇ ਕਿਹਾ ਸੀਗਾ ਪਹਿਲਾਂ ਇਹਦੀ ਭਾਸ਼ਾ ਵੇਖੋ ਜੀ, ਉੱਥੋਂ ਹਜ਼ੂਰ ਸਾਹਿਬ ਤੋਂ ਪੇਸ਼ੈਂਟ ਆਏ ਸੰਗਤ ਨੂੰ ਇਹ ਪੇਸ਼ੈਂਟ ਦੱਸਦਾ। ਹਾਂਜੀ, ਇੱਦਾਂ ਦੀ ਇਹਦੀ ਭਾਸ਼ਾ। ਪੇਸ਼ੈਂਟ ਦਾ ਮਤਲਬ ਹੁੰਦਾ ਮਰੀਜ਼, ਵੀ ਹਜ਼ੂਰ ਸਾਹਿਬ ਤੋਂ ਮਰੀਜ਼ ਆਏ ਆ। ਭਾਸ਼ਾ ਵੇਖੋ ਇਹਦੀ ਬਾਂਦਰ ਦੀ। ਤੇ ਜਿਹੜੀ ਮੀਡੀਆ ਵਾਲਿਆਂ ਨੇ ਵੀ ਸਟੇਟਮੈਂਟ ਦਿੱਤੀ ਸੀ ਉਹ ਵੀ ਮਾੜੀ ਜਿਹੀ ਸੁਣੋ, ਕਿੰਨਿਆਂ ਨੂੰ ਉਹਨਾਂ ਨੇ ਕਿਹਾ ਸੀ ਕਰੋਨਾ ਹੋ ਗਿਆ। ਹਾਂਜੀ, ਤੇ ਫੇਰ ਆਪਾਂ ਉਹ ਜੋ ਅੰਕੜੇ ਨੇ ਦੁਨੀਆਂ ਤੇ ਡੈਥ ਰੇਟ ਆ ਜੋ ਉਹਦੇ ਪ੍ਰੂਫ ਦੇ ਆਧਾਰ ਤੇ ਗੱਲ ਕਰਾਂਗੇ। ਆ ਸੁਣੋ ਮਾੜਾ ਜਿਹਾ, ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1554 ਐਕਟਿਵ ਕੇਸ ਫਿਲਹਾਲ ਨੇ, ਕੁੱਲ ਮਰੀਜ਼ਾਂ 'ਚ 1140 ਨਾਂਦੇੜ ਤੋਂ ਪਰਤੇ ਸ਼ਰਧਾਲੂ ਇਸ ਵਿੱਚ ਸ਼ਾਮਲ ਨੇ। ਸੋ 1554 ਕਹਿੰਦੇ ਸੀ ਜੀ ਐਕਟਿਵ ਕੇਸ ਆ, ਉਹਦੇ 'ਚ 1140 ਉਹ ਨੇ ਜੀ ਜਿਹੜੇ ਹਜ਼ੂਰ ਸਾਹਿਬ ਤੋਂ ਪਰਤੇ ਨੇ। ਹਾਂਜੀ, ਤੇ ਇਹਨਾਂ ਨੂੰ ਬੰਦਾ ਪੁੱਛੇ ਵੀ ਹੁਣ ਫਿਰ ਸਾਰੇ ਦੇ ਸਾਰੇ ਕਿੱਦਾਂ ਠੀਕ ਹੋ ਗਏ, ਜੋ ਦੁਨੀਆਂ ਦੇ ਉੱਤੇ ਡੈਥ ਰੇਟ ਹੈ, ਭਾਵੇਂ ਅਮਰੀਕਾ ਦੀ ਵੇਖ ਲਓ, ਭਾਵੇਂ ਇੰਗਲੈਂਡ ਦੀ ਵੇਖ ਲਓ, ਭਾਵੇਂ ਉਹ ਸਾਰੀ ਦੁਨੀਆਂ ਦੀ ਵੇਖ ਲਓ, ਜਿੱਥੇ ਮਤਲਬ ਕਿ ਸਾਰਾ ਕੁਝ ਜੋ ਸਹੀ ਬੋਲਿਆ ਤੋਲਿਆ ਜਾਂਦਾ ਉਹਨਾਂ ਦੇਸ਼ਾਂ ਦੇ ਵਿੱਚ, ਉਹ 6.5 ਆ। ਵੀ ਜੇ 100 ਬੰਦੇ ਨੂੰ ਹੋ ਗਿਆ ਤੇ ਉਹਦੇ 'ਚੋਂ 6 ਜਾਂ 7 ਬੰਦੇ ਮਰ ਜਾਂਦੇ ਨੇ, ਠੀਕ ਆ ਜੀ। ਤੇ ਜੇ 1140 ਨੂੰ ਵਾਕਈ ਕਰੋਨਾ ਹੋਇਆ ਸੀ ਤੇ 6.5 ਦੇ ਨਾਲ 74 ਬਣਦਾ। ਸੋ 74 ਬੰਦੇ ਦੇ ਫਿਰ ਘੱਟ ਤੋਂ ਘੱਟ ਮਰਨੇ ਚਾਹੀਦੇ ਸੀ ਨਾ, 74 ਨਹੀਂ 70 ਜੀ, 70 ਨਹੀਂ 50 ਆਈ, ਚਲੋ ਅੱਧੇ ਹੀ, 50 ਤੋਂ ਵੀ ਅੱਧੇ ਹੀ ਸਹੀ, 25 ਹੀ ਸਹੀ, 25 ਬੰਦੇ ਤੇ ਮਰਦੇ ਨਾ, 25 ਛੱਡੋ ਯਾਰ, 5 ਵੀ ਨਹੀਂ ਉੱਥੇ ਮਰੇ। ਹਾਂਜੀ, ਸੋ ਕਹਿਣ ਤੋਂ ਭਾਵ ਇਹ ਸਾਰੇ ਦਾ ਸਾਰਾ ਡਰਾਮਾ ਸੀ ਜੋ ਹਜ਼ੂਰ ਸਾਹਿਬ ਤੋਂ ਜਥੇਦਾਰ ਕਹਿ ਰਹੇ ਸੀ ਜਾਂ
ਬਾਬਾ ਜੀ ਕਹਿ ਰਹੇ ਸੀਗੇ ਜਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਹਿ ਰਿਹਾ ਸੀ ਵੀ ਇੱਦਾਂ ਕਿੱਦਾਂ ਹੋ ਗਿਆ। ਸੋ ਕਹਿਣ ਤੋਂ ਭਾਵ ਉਹ ਸੱਚ ਸੀਗਾ ਤੇ ਜੋ ਢੱਡਰੀ ਬਕਵਾਸ ਮਾਰ ਰਿਹਾ ਸੀ ਜੀ ਇਹ ਤੇ ਵੇਖੋ ਸਿਆਣਪ ਵਰਤਣੀ ਚਾਹੀਦੀ ਆ ਜੀ ਸਾਰਿਆਂ ਨੂੰ। ਉਹ ਕਹਿਣਾ ਇਹ ਚਾਹੀਦਾ ਵੀ ਕਰੋਨਾ ਦੇ ਟੈਸਟ ਹੋਰਨਾਂ ਦੇ ਵੀ ਕਰੋ ਤੇ ਜਿਹੜੇ ਮਰਜ਼ੀ ਪਿੰਡ ਦੇ ਕਰ ਲਓ, 5-7 ਤੇ ਨਿਕਲ ਹੀ ਆਉਣੇ, ਬਿਮਾਰੀ ਇੰਨੀ ਫੈਲੀ ਹੋਈ। ਤੇ ਇਹਨੂੰ ਇਹ ਨਹੀਂ ਪਤਾ ਵੀ ਇਹ ਛੂਤ ਦੀ ਬਿਮਾਰੀ, ਜੇ 5-7 ਨਿਕਲਣ ਤੇ ਫਿਰ ਹੋਰਨਾਂ ਨੂੰ ਨਾ ਫੈਲੇ, ਉਹ ਤੇ ਕੋਈ ਦਵਾਈ ਲੈ ਨਹੀਂ ਰਿਹਾ ਤੇ ਫਿਰ ਉਹ ਮਰਨ ਨਾ, ਹੋਰ ਜਨਤਾ ਨਾ ਮਰੇ ਪਿੰਡਾਂ ਦੇ ਵਿੱਚ ਜਾਂ ਹਜ਼ੂਰ ਸਾਹਿਬ ਵਾਲਿਆਂ 'ਚ ਉਹਨਾਂ ਫਿਰ ਡੈਥ ਹੁੰਦੀ। ਸਿਰਫ ਇੱਕ ਜਾਣੇ ਦੀ ਇਹਨਾਂ ਨੇ ਡੈਥ ਰਿਪੋਰਟ ਦਿੱਤੀ ਸੀ ਹਜ਼ੂਰ ਸਾਹਿਬ ਵਾਲਿਆਂ 'ਚ, ਉਹ ਵੀ ਪਤਾ ਨਹੀਂ ਅਗਲੇ ਨੂੰ ਹੋਰ ਕੋਈ ਤਕਲੀਫ ਹੋਵੇ, ਪ੍ਰੋਬਲਮ ਹੋਵੇ, ਜਾਂ ਕਹਿ ਲਓ ਵੀ ਕਈ ਵਾਰੀ ਬੰਦਾ ਦਿਲ ਹੀ ਛੱਡ ਜਾਂਦਾ, ਹਾਏ ਮੈਨੂੰ ਕਰੋਨਾ ਹੋ ਗਿਆ ਤੇ ਉਹਨੂੰ ਹਾਰਟ ਅਟੈਕ ਹੋ ਗਿਆ ਹੋਵੇ ਤੇ ਉਹ ਮਰ ਗਿਆ ਹੋਵੇ। ਹਾਂਜੀ, ਉਹਦੀ ਕਿਹੜਾ ਇਹਨਾਂ ਨੇ ਪੋਸਟਮਾਰਟਮ ਰਿਪੋਰਟ ਜਾਰੀ ਕੀਤੀ ਆ ਵੀ ਕਿੱਦਾਂ ਉਹਨੂੰ, ਮਤਲਬ ਕਿ ਉਹਦੀ ਡੈਥ ਅਸਲ ਦੇ ਵਿੱਚ ਕਿੱਦਾਂ ਹੋਈ ਹੈ। ਤੇ ਕਹਿਣ ਤੋਂ ਭਾਵ ਇਹ ਆ ਵੀ ਸਾਰੇ ਦਾ ਸਾਰਾ ਜਿਹੜਾ ਮੀਡੀਆ ਵਾਲਿਆਂ ਨੇ ਝੂਠ ਦਾ ਪਲੰਦਾ ਬਣਾਇਆ ਸੀ, ਜੋ ਸੰਗਤ ਦੇ ਸਿੱਖਾਂ ਦੇ ਬਰਖਿਲਾਫ ਇਹ ਪ੍ਰਾਪੇਗੰਡਾ ਕੀਤਾ ਸੀਗਾ, ਉਹ ਸਾਰੇ ਦਾ ਸਾਰਾ ਝੂਠ ਹੈ। ਅੱਜ ਤਕਰੀਬਨ ਉਹ 30 ਤਰੀਕ ਤੋਂ ਬਾਅਦ ਜੇ ਆਪਾਂ ਕਹਿ ਲਈਏ 3 ਹਫ਼ਤੇ ਹੋ ਚੁੱਕੇ ਨੇ, ਤੇ 3 ਹਫ਼ਤਿਆਂ ਦੇ ਵਿੱਚ ਬੰਦੇ ਮਰ ਜਾਂਦੇ ਨੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਵਾਕਿਆ ਹੀ ਕਰੋਨਾ ਹੋਇਆ ਹੁੰਦਾ ਤੇ ਜਿਨ੍ਹਾਂ ਦਾ ਇਲਾਜ ਹੋ ਰਿਹਾ ਹੋਵੇ, ਉਹਦੇ 'ਚੋਂ ਵੀ 100 ਚੋਂ 7 ਬੰਦੇ ਮਰ ਜਾਂਦੇ ਨੇ। ਪਰ ਇੱਥੇ ਤੇ ਕਹਿ ਲਓ ਵੀ ਜੇ ਉਸ ਗਿਣਤੀ ਦੇ ਹਿਸਾਬ ਨਾਲ 74 ਬਣਦੇ ਆ, 74 ਛੱਡ ਕੇ 5 ਵੀ ਨਹੀਂ ਮਰੇ। ਸੋ ਕਹਿਣ ਤੋਂ ਭਾਵ ਹੈ ਢੱਡਰੀਆਂ ਵਾਲੇ ਨੂੰ ਜਿਹੜਾ ਆਲੇ ਦੁਆਲੇ ਜੋ ਕੁਝ ਹੋ ਰਿਹਾ ਇਹਦਾ ਦਿਮਾਗ ਇੰਨਾ ਵੀ ਨਹੀਂ ਕੰਮ ਕਰਦਾ, ਉਸ ਸੱਚ ਬਾਰੇ ਵੀ ਨਹੀਂ ਇਹਨੂੰ ਪਤਾ ਹੁੰਦਾ ਜਿਹੜੇ ਰੱਬ ਦੀਆਂ ਗੱਲਾਂ ਜਾਂ ਹੋਰ ਉਹਦੇ ਬਾਰੇ ਤੇ ਸੱਚੇ ਘੁੱਗੂ ਨਾਥ ਨੂੰ ਕੀ ਪਤਾ ਹੋਣਾ ਆ। ਤੇ ਫਿਰ ਜਿਹੜੀ ਇਹਨੇ ਹਜ਼ੂਰ ਸਾਹਿਬ ਬਾਰੇ ਬਕਵਾਸ ਮਾਰੀ ਸੀ ਜੀ, ਉੱਥੇ ਜੀ ਐਂ ਕਰਦੇ ਆ, ਉੱਥੇ ਜੀ ਇੱਦਾਂ ਕਰਦੇ ਆ, ਉਹ ਕਿੱਥੇ ਹੁੰਦਾ ਜੀ ਮੰਦਰਾਂ 'ਚ, ਫਿਰ ਕਿਹਦੇ ਨਾਲ ਮਰਜ਼ਿਆਦਾ ਮੇਲ ਖਾਂਦੀ ਹੈ ਮੀਡੀਆ ਤੁਹਾਡੀ, ਹਜ਼ੂਰ ਸਾਹਿਬ ਦੀ ਬਦਨਾਮੀ ਕਿਉਂ ਕਰੂਗਾ? ਉਹਨਾਂ ਨੂੰ ਤੇ ਸਗੋਂ ਮਤਲਬ ਕਿ ਕਹਿਣਾ ਚਾਹੀਦਾ ਜੀ ਇੱਥੇ ਸਭ ਕੁਝ ਵਧੀਆ ਜੀ, ਉਹ ਤੇ ਹਿੰਦੂਆਂ ਨਾਲ ਮੇਲ ਖਾਂਦਾ ਜੀ, ਇੱਦਾਂ ਉੱਦਾਂ ਬਕਵਾਸ ਮਾਰੀ ਸੀ ਇਹਨੇ। ਹਾਂਜੀ, ਉਹਦੇ ਬਾਰੇ ਵੀ ਢੱਡਰੀਆਂ ਵਾਲੇ ਜੇ ਆਮੋ ਸਾਹਮਣੇ ਬਹਿ ਕੇ ਗੱਲ ਕਰਨੀ ਸਵਾਦ ਤੇ ਫੇਰ ਆਊਗਾ, ਪਰ ਇੰਨੀ ਕੁ ਗੱਲ ਮੈਂ ਤੈਨੂੰ ਇਸ ਤੇਰੀ ਭਾਸ਼ਾ ਜੀ ਤੈਨੂੰ ਜਵਾਬ ਦੇ ਦਿੰਦਾ। ਜਿਹੜੇ ਤੂੰ ਚਿਮਟੇ ਖੜਕਾਉਣਾ, ਤੇਰੇ ਨਾਲ 10-10 ਜਾਣੇ ਚਿਮਟੇ ਖੜਕਾਉਂਦੇ ਆ ਸਿਰ ਤੋਂ ਘੁਮਾ ਘੁਮਾ ਕੇ, ਕੀ ਦਰਬਾਰ ਸਾਹਿਬ ਤੂੰ ਕਿਹਾ ਸੀ ਦਰਬਾਰ ਸਾਹਿਬ ਇੱਦਾਂ ਹੁੰਦਾ, ਅਕਾਲ ਤਖ਼ਤ ਸਾਹਿਬ ਇੱਦਾਂ ਹੁੰਦਾ, ਉੱਥੇ ਇੱਦਾਂ ਚਿਮਟੇ ਖੜਕਦੇ ਹੈ? ਤੂੰ ਜਿਹੜੀਆਂ 2-2 ਢੋਲਕੀਆਂ ਖੜਕਾਉਣਾ ਆਪਣੇ ਨਾਲ, ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਇੱਦਾਂ ਢੋਲਕੀਆਂ ਖੜਕਦੀਆਂ? ਤੂੰ ਜਿਹੜੇ ਕੈਸੀਓ ਵਜਾਉਣਾ ਨਾਲ, ਉਹ ਦਰਬਾਰ ਸਾਹਿਬ ਇੱਦਾਂ ਹੁੰਦਾ? ਉਹ ਕਿੱਥੇ ਇੱਦਾਂ ਹੁੰਦਾ? ਸੁਣ, ਉਹ ਜਿਹੜੇ ਭੇਟਾਂ ਗਾਉਂਦੇ ਆ ਨਾ ਮੰਦਰਾਂ ਦੇ ਵਿੱਚ ਮਾਤਾ ਦੀਆਂ, ਉਹ ਵਜਾਉਂਦੇ ਆ ਕੈਸੀਓ, ਉਹ ਖੜਕਾਉਂਦੇ ਆ ਇੱਦਾਂ ਢੋਲਕੀਆਂ, ਤੇ ਉਹ ਖੜਕਾਉਂਦੇ ਆ ਇੱਦਾਂ ਚਿਮਟੇ, ਤੇ ਕਿਹਦੇ ਨਾਲ ਰਲਦੀ ਫਿਰ ਤੇਰੀ ਰੀਤ ਹੁਣ ਹਿੰਦੂਆਂ ਦੇ ਨਾਲ, ਜਿਹੜੇ ਮਾਤਾ ਦੀਆਂ ਭੇਟਾਂ ਗਾਉਂਦੇ ਉਹਨਾਂ ਦੇ ਨਾਲ, ਤੇ ਤੇਰੀ ਇਹ ਰੀਤ ਸਿੱਖਾਂ ਨਾਲ, ਅਕਾਲ ਤਖ਼ਤ ਸਾਹਿਬ ਨਾਲ ਜਾਂ ਦਰਬਾਰ ਸਾਹਿਬ ਨਾਲ ਰਲਦੀ ਆ? ਮੂੰਹ ਚੱਕ ਕੇ ਬਕਵਾਸ ਮਾਰਨ ਲੱਗ ਪੈਂਦਾ, ਤੇਰੀ ਹੀ ਭਾਸ਼ਾ 'ਚ ਤੈਨੂੰ ਜਵਾਬ ਹੈ। ਇਹ ਜਿਹੜੇ ਚਿਮਟੇ ਢੋਲਕੀਆਂ ਖੜਕਾਉਣਾ ਕੈਸੀਓ ਵਜਾਉਣਾ, ਇਹ ਵੱਜਦੇ ਆ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਵੱਜਦੇ ਆ? ਕੀ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ 'ਚ ਲਿਖਿਆ ਵੀ ਇੱਦਾਂ ਕੀਰਤਨ ਕਰ ਸਕਦੇ ਆ ਜਿੱਦਾਂ ਤੂੰ ਸਟੇਜਾਂ ਤੇ ਬਹਿ ਕੇ ਬਕਵਾਸ ਮਾਰਦਾ ਰਹਿੰਦਾ, ਤੇ ਜੋ ਕੁਝ ਇਹ ਖੜਕਾਉਣਾ ਇਹ ਮੰਦਰਾਂ 'ਚ ਖੜਕਦਾ, ਇਹ ਭੇਟਾ ਗਾਉਣ ਵਾਲੇ ਸਭ ਕੁਝ ਖੜਕਾਉਂਦੇ ਆ ਜੋ ਕੁਝ ਤੂੰ ਖੜਕਾਉਣਾ? ਠੀਕ ਆ, ਹੁਣ ਆਓ ਆਪਾਂ ਅੱਗੇ ਗੱਲ ਕਰੀਏ। ਅੱਗੇ ਇਹਨੇ ਹੋਰ ਵੀ ਬੜੀ ਬਕਵਾਸ ਮਾਰੀ ਆ, ਜਿੱਦਾਂ ਦੀ ਭਾਸ਼ਾ 'ਚ ਇਹਨੇ ਮਾਰੀ ਆ ਉੱਦਾਂ ਦੀ ਭਾਸ਼ਾ 'ਚ ਇਹਨੂੰ ਜਵਾਬ ਦੇਵਾਂਗੇ, ਆ ਸੁਣੋ ਮਾੜਾ ਜਿਹਾ। ਇਹ ਹੁਣ ਭਾਸ਼ਾ ਤੁਸੀਂ ਇਹਦੀ ਸੁਣ ਲਈ ਆ ਜੀ, ਉਹਨਾਂ ਨੇ ਤਾਂ ਫਰੂਟੀ ਫੜ ਕੇ ਫੋਟੋ ਪਾ ਤੀ, ਤੇ ਇਹਦੀ ਭਾਸ਼ਾ ਸੁਣ ਲਓ, ਲੱਖ ਲਾਂਤ ਇਹੋ ਜਿਹੇ ਪਿਓਆਂ ਦੇ ਤੇ ਫਲਾਣਾ ਢੀਂਗ। ਹਾਂਜੀ, ਤੇ ਇਸ ਵੀਡੀਓ ਦੇ ਵਿੱਚ ਇਹਨੇ ਕਿਹਾ ਵੀ ਆ ਬੱਚਿਆਂ ਵੱਲ ਨਹੀਂ ਵਹਿੰਦੇ, ਇਹਨਾਂ ਦਾ ਪਿਓ ਮਰਿਆ, ਜੇ ਆ ਵੋ ਆ ਫਲਾਣਾ ਢੀਂਗ, ਕਾਫੀ ਕੁਝ ਬੋਲਿਆ। ਤੇ ਉਹ ਜਿਹੜੀਆਂ ਫਰੂਟੀਆਂ ਦਿਖਾ ਰਹੇ ਆ ਨਾ, ਪਹਿਲੀ ਤੇ ਗੱਲ
ਜਦੋਂ ਉਹ ਭਾਣਾ ਵਾਪਰਿਆ ਸੀਗਾ ਅਸੀਂ ਵੀ ਫੇਸਬੁੱਕ ਤੇ ਪੋਸਟਾਂ ਪਾਈਆਂ ਸੀ, ਵਿਰੋਧ ਕੀਤਾ ਸੀ ਉਹ ਜੋ ਕੁਝ ਹੋਇਆ ਸੀਗਾ ਵੀ ਇਹ ਗਲਤ ਹੋਇਆ, ਇੱਦਾਂ ਹਮਲਾ ਨਹੀਂ ਹੋਣਾ ਚਾਹੀਦਾ। ਪਰ ਜਿਹੜੀਆਂ ਤੇਰੀਆਂ ਅੱਜ ਦੀਆਂ ਕਰਤੂਤਾਂ, ਹੁਣ ਤੂੰ ਕਹਿੰਦਾ ਨਾ ਪਿਓਆਂ ਨੇ ਗੰਦੀ ਔਲਾਦ ਜੰਮੀ, ਹੁਣ ਮੈਂ ਤੈਨੂੰ ਪੁੱਛਣ ਲੱਗਾ, ਤੇਰੇ ਪਿਓ ਨੂੰ ਪੁੱਛਦਾ ਵੀ ਆ ਜਿਹੜੀ ਗੰਦੀ ਔਲਾਦ ਜੰਮੀ ਆ ਉਹ ਤੇ ਫਰੂਟੀ ਦੀ ਪੋਠੋ ਪਾ ਦੇਣ ਤੇ ਮਤਲਬ ਕੀ ਗੰਦੀ ਔਲਾਦ ਆ? ਤੂੰ ਗੁਰੂ ਨਾਨਕ ਦੇਵ ਜੀ ਦੇ ਉਲਟ ਪ੍ਰਚਾਰ ਕਰਦਾ ਪਿਆ, ਬਕਵਾਸ ਮਾਰਦਾ ਰਿਹਾ। ਮੂਲ ਮੰਤਰ ਜੋ ਗੁਰਬਾਣੀ ਦਾ ਮੁੱਢਲਾ ਸਿਧਾਂਤ ਹੈ ਉਹਦੇ ਉਲਟ ਰੋਜ਼ ਬਕਵਾਸ ਮਾਰਦਾ, ਤੇ ਮੈਂ ਤੇਰੇ ਪਿਓ ਨੂੰ ਪੁੱਛਣਾ ਚਾਹੁੰਦਾ ਵੀ ਇਹ ਗੰਦੀ ਔਲਾਦ ਕਿੱਦਾਂ ਜੰਮੀ ਸੀ? ਲੋਕੀ ਕਹਿੰਦੇ ਹੁੰਦੇ ਕੀ ਖਾ ਕੇ ਜੰਮਿਆ? ਹਾਂਜੀ, ਉਹ ਵੀ ਸਾਰੀ ਗੱਲ ਆਪਾਂ ਕਰਾਂਗੇ। ਪਹਿਲਾਂ ਮੈਂ ਦੱਸ ਦਵਾਂ ਕਿਵੇਂ ਤੂੰ ਗੁਰੂ ਨਾਨਕ ਦੇਵ ਜੀ ਦੇ ਉਲਟ ਪ੍ਰਚਾਰ ਕਰ ਰਿਹਾ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਲ ਮੰਤਰ ਦੇ ਵਿੱਚ ਰੱਬ ਦੀ ਪਰਿਭਾਸ਼ਾ ਦੱਸੀ ਆ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਹਾਂਜੀ, ਕਿਸੇ ਤੋਂ ਡਰਦਾ ਨਹੀਂ ਕਹਿਣ ਤੋਂ ਭਾਵ ਨਿਰਭਉ ਹੈ। ਉਸੇ ਹੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਉਸਤਤ ਦੇ ਵਿੱਚ ਸਾਨੂੰ ਦੱਸਿਆ, ਭੈ ਵਿੱਚ ਪਾਉਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਦ, ਭੈ ਵਿੱਚ ਅਡਾਣੇ ਆਕਾਸ਼। ਹਾਂਜੀ, ਸਾਰਾ ਕੁਝ ਮਹਾਰਾਜ ਕਹਿ ਕੇ ਨਾ ਫਿਰ ਕੀ ਕਹਿੰਦੇ ਆ, ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕੀ ਨਿਰਭਉ ਹੈ? ਇੱਕ ਨਿਰੰਕਾਰ ਸੱਚ ਹੈ, ਉਹ ਇੱਕ ਨਿਰਭਉ ਹੈ, ਤੇ ਬਾਕੀ ਜੋ ਵੀ ਕੁਝ ਆ ਸਗਲਿਆ ਭਉ ਲਿਖਿਆ ਸਿਰ ਲੇਖ, ਸਾਰਿਆਂ ਦੇ ਸਿਰ ਤੇ ਮਹਾਰਾਜ ਨੇ ਭਉ ਦਾ ਲੇਖ ਲਿਖਿਆ, ਭਾਵੇਂ ਸੂਰਜ ਹੈ, ਭਾਵੇਂ ਚੰਦ ਹੈ, ਭਾਵੇਂ ਧਰਤੀ ਹੈ, ਭਾਵੇਂ ਜੋ ਮਰਜ਼ੀ ਹੈ, ਕਹਿਣ ਤੋਂ ਭਾਵ ਸਾਰੀ ਦੀ ਸਾਰੀ ਕੁਦਰਤ ਸਗਲਿਆ ਭਉ ਲਿਖਿਆ ਸਿਰ ਲੇਖ, ਉਹ ਭਉ ਦੇ ਵਿੱਚ ਆ, ਉਹ ਡਰ ਦੇ ਵਿੱਚ ਆ, ਤੇ ਰੱਬ ਤੇ ਹੈਗਾ ਨਿਰਭਉ। ਤੇ ਤੂੰ ਕਹਿੰਦਾ ਜੀ ਕੁਦਰਤ ਰੱਬ ਹੈ, ਤੇ ਕੀ ਕੁਦਰਤ ਰੱਬ ਕਿੱਦਾਂ ਹੋ ਗਈ? ਕੁਦਰਤ ਤੇ ਸਾਰੀ ਦੀ ਸਾਰੀ ਡਰ ਦੇ ਵਿੱਚ ਆ, ਗੁਰੂ ਨਾਨਕ ਦੇਵ ਜੀ ਦੱਸ ਰਹੇ ਆ, ਤੇ ਸਿਰਫ ਇੱਕ ਰੱਬ ਜਿਹੜਾ ਨਿਰਭਉ ਹੈ, ਤੇ ਮੂਲ ਮੰਤਰ ਦੇ ਵਿੱਚ ਵੀ ਲਿਖਿਆ ਉਹ ਨਿਰਭਉ ਹੈ, ਉਹ ਡਰ ਤੋਂ ਰਹਿਤ ਆ। ਤੇ ਤੂੰ ਕੁਦਰਤ ਨੂੰ ਰੱਬ ਬਣਾਈ ਜਾਂਦਾ, ਕੀ ਇਹ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਉਲਟ ਨਹੀਂ ਤੂੰ ਪ੍ਰਚਾਰ ਕਰ ਰਿਹਾ? ਤੇ ਤੂੰ ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਉਲਟ ਵੀ ਪ੍ਰਚਾਰ ਕਰੇ, ਤੇ ਕਿਸੇ ਨੂੰ ਮਤਲਬ ਕਿ ਤੂੰ ਕਹਿੰਦਾ ਵੀ ਮੈਨੂੰ ਬੋਲਣ ਦਾ ਹੱਕ ਹੈ, ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ, ਤੇ ਉਧਰ ਜੇ ਕੋਈ ਫਰੂਟੀ ਦੀ ਵੀ ਫੋਟੋ ਪਾ ਦੇ ਤੇ ਤੈਨੂੰ ਅੱਗ ਲੱਗ ਜਾਂਦੀ ਹੈ? ਸਿੱਖੀ ਦਾ ਮੋਢਾ ਗੁਰੂ ਨਾਨਕ ਦੇਵ ਜੀ, ਤੇ ਗੁਰਬਾਣੀ ਦਾ ਮੋਢਾ ਮੂਲ ਮੰਤਰ, ਇਹ ਜਿਹੜਾ ਤੇਰਾ ਪ੍ਰਚਾਰ ਹੈ ਨਾ ਵੀ ਕੁਦਰਤ ਰੱਬ ਹੈ, ਇਹ ਗੁਰਬਾਣੀ ਦੇ ਮੁੱਢ ਦੇ ਉਲਟਾ, ਤੇ ਸਿੱਖੀ ਦੇ ਮੁੱਢ ਦੇ ਉਲਟਾ, ਗੁਰੂ ਨਾਨਕ ਦੇਵ ਜੀ ਦੇ ਉਲਟਾ। ਤੇ ਮੈਂ ਤੇਰੇ ਪਿਓ ਨੂੰ ਪੁੱਛਣਾ ਚਾਹੁੰਦਾ ਵੀ ਇਹ ਗੰਦੀ ਔਲਾਦ ਕਿੱਥੋਂ ਜੰਮੀ ਹੈ, ਹੈਂ, ਜਿਹੜੀ ਸਿੱਖਾਂ ਦੇ ਘਰੇ ਚੰਮ ਕੇ ਇੰਨਾ ਗੰਦ ਬੋਲ ਰਹੀ, ਕਿਉਂ ਬੋਲ ਰਹੀ ਆ ਉਹ ਵੀ ਸੁਣ ਲਓ। ਇਹਨੇ ਇਸ ਵੀਡੀਓ ਦੇ ਵਿੱਚ ਹੋਰ ਵੀ ਬਕਵਾਸ ਮਾਰੀ ਆ, ਤੇ ਇਹ ਵੀ ਕਿਹਾ ਵੀ ਉਹ ਬਾਬਾ ਜੀ ਇੰਨੇ ਸਾਲ ਝੂਠ ਬੋਲਦੇ ਰਹੇ, ਫਲਾਣਾ ਢੀਂਗ ਆ, ਉਹਦੇ ਪਿੱਛੇ ਕੁਝ ਕਾਰਨ ਸੀਗੇ। ਉਹ ਜੇ ਬਹਿ ਕੇ ਗੱਲ ਕਰੇਗਾ ਤੇ ਤੂੰ ਤੇ ਜੇ ਤੈਨੂੰ ਇਹਨਾਂ ਸਵਾਲਾਂ ਤੇ ਮਾਣ ਹੈ ਨਾ ਵੀ ਇਹੋ ਜੇ ਮੈਂ ਸਵਾਲ ਕਰਾਂਗਾ ਸ਼ਾਇਦ ਇਹਨਾਂ ਨੂੰ ਕੋਈ ਗੱਲ ਨਹੀਂ ਆਏਗੀ ਜਾਂ ਜਵਾਬ ਨਹੀਂ ਆਏਗਾ। ਤੇ ਬੜੀਆਂ ਗੱਲਾਂ ਸੀਗੀਆਂ, ਜਿਵੇਂ ਤੂੰ ਪਾਠਾਂ ਬਾਰੇ ਵੀ ਗੱਲ ਕਰਦਾ ਵੀ ਕਿਹੜੇ ਤੂੰ ਸਿੱਖੀ ਦੇ ਸਿਧਾਂਤ ਨੂੰ ਸੱਟ ਮਾਰ ਰਿਹਾ, ਤੇ ਉਹ ਗੁਰਬਾਣੀ ਚ ਵੀ ਮਹਾਰਾਜ ਨੇ ਲਿਖਿਆ, ਮੈਂ ਤੈਨੂੰ ਗੁਰਬਾਣੀ ਵਿੱਚੋਂ ਜਵਾਬ ਦਊਂਗਾ। ਤੇ ਮੈਂ ਕਈ ਗੱਲਾਂ ਦੇ ਜਵਾਬ ਤੈਨੂੰ ਇਸੇ ਕਰਕੇ ਨਹੀਂ ਸੀ ਦਿੱਤੇ ਵੀ ਕਿਤੇ ਨਾ ਕਿਤੇ ਤੇਰੇ ਚ ਥੋੜੀ ਜਿਹੀ ਜੁਰਤ ਹਿੰਮਤ ਪੈਦਾ ਹੋ ਜੇ ਵੀ ਮੈਂ ਆਹ ਸਵਾਲ ਕਰ ਦੂੰਗਾ ਜੀ, ਫਿਰ ਜਸਵਿੰਦਰ ਸਿੰਘ ਵਰਗੇ ਨੂੰ ਕੀ ਜਵਾਬ ਆਏਗਾ, ਤੇ ਕਿਤੇ ਤੈਨੂੰ ਹੌਸਲਾ ਪੈ ਹੀ ਜਾਵੇ ਆਮਣੇ ਸਾਹਮਣੇ ਗੱਲ ਬਹਿ ਕੇ ਕਰਨ ਦਾ। ਪਰ ਤੈਨੂੰ ਹੌਸਲਾ ਨਹੀਂ ਪੈ ਸਕਦਾ, ਤੂੰ ਦੂਜਿਆਂ ਨੂੰ ਹੀ ਕਹਿਣ ਜੋਗਾ, ਆਪਣੇ ਆਪ ਚ ਕੌਨਫੀਡੈਂਸ ਪੈਦਾ ਕਰੋ। ਤੇਰਾ ਹੁਣ ਕੌਨਫੀਡੈਂਸ ਕਿੱਥੇ ਹੈ? ਕਿਉਂ ਨਹੀਂ ਆਮੋ ਸਾਹਮਣੇ ਹੋ ਕੇ ਗੱਲ ਕਰਦਾ? ਤੇ ਜਿਹੜੇ ਤੇਰੇ ਹੋਰ ਬੰਦੇ ਕਈ ਕਮੈਂਟ ਕਰਦੇ ਸੀ ਨਾ ਜੀ 5 ਲੱਖ ਕਿਸੇ ਗਰੀਬ ਨੂੰ ਦੇ ਦਿਓ, ਉਹ ਸਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੈ ਜਿਹੜੀ ਅਸੀਂ ਗੱਲ ਕਹੀ ਹੈ, ਇਹ 5 ਲੱਖ ਜਿੱਤ ਹੀ ਨਹੀਂ ਸਕਦਾ, ਸਾਨੂੰ ਦੇਣ ਦੀ ਲੋੜ ਹੀ ਨਹੀਂ ਪੈਣੀ। ਇਹ ਦੁਬਾਰੇ ਜੰਮ ਕੇ ਵੀ ਆਪਣੇ ਆਪ ਨੂੰ ਗੁਰਬਾਣੀ ਮੁਤਾਬਕ ਸਹੀ ਨਹੀਂ ਸਾਬਤ ਕਰ ਸਕਦਾ, ਸਾਨੂੰ ਕੌਨਫੀਡੈਂਸ ਹੈ ਤਾਂ ਹੀ ਇਹਨੂੰ ਲਲਕਾਰਦੇ ਹਾਂ। ਇਹਦੇ ਕੋਲ ਹੈ ਨਹੀਂ ਕੌਨਫੀਡੈਂਸ, ਇਹ ਗੱਲਾਂ ਹੀ ਕਰਨ ਜੋਗਾ ਵੀ ਸਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਫੜਾ ਹੀ ਮਾਰਨ ਜੋਗਾ, ਇਹਦੇ ਵਿੱਚ ਹੈ ਨਹੀਂ ਕੱਖ, 1% ਵੀ ਸੱਚ ਹੈ ਨਹੀਂ। ਤੁਹਾਨੂੰ ਸਾਬਤ ਕਰਕੇ ਦੱਸ ਦਿੱਤਾ ਜੋ ਆਲੇ ਦੁਆਲੇ ਹੋ ਰਿਹਾ ਹੁੰਦਾ, ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਉਹਦੇ ਬਾਰੇ ਵੀ ਨਹੀਂ ਇਹਨੂੰ ਸੱਚ ਪਤਾ ਹੁੰਦਾ। ਗੁਰਬਾਣੀ ਬਾਰੇ ਸੱਚ ਜਾਂ ਪਰਮੇਸ਼ਰ ਬਾਰੇ ਸੱਚ ਤੇ ਇਹਨੂੰ ਕੀ ਪਤਾ ਹੋਣਾ, ਠੀਕ ਆ? ਤੇ ਤੂੰ ਕਹਿੰਦਾ ਜੀ ਉਹ ਇੱਕ ਗੱਲ ਪਿੱਛੇ, ਉਹਦੇ ਪਿੱਛੇ ਤੇ ਕਈ ਰੀਜ਼ਨ ਨੇ, ਤੂੰ ਬਹਿ ਕੇ ਗੱਲ ਕਰ, ਫਿਰ ਤੈਨੂੰ ਦਵਾਂਗੇ ਕੱਲੀ ਕੱਲੀ ਗੱਲ ਦਾ ਜਵਾਬ। ਹਾਂਜੀ, ਵੀ ਸੱਚ ਕੀ ਆ ਉਹਦੇ ਵਿੱਚ?
ਤੇ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਤੂੰ ਆਪਣੇ ਮੂੰਹੋਂ ਮੰਨਿਆ ਵੀ 16 ਸਾਲ ਤੂੰ ਕਿਹਾ ਵੀ ਮੈਂ ਹਰਾਮਜ਼ਾਦਗੀਆਂ ਕੀਤੀਆਂ, ਤੂੰ 16 ਸਾਲ ਆਪਣੇ ਆਪ ਨੂੰ ਸੰਤ ਕਵਾਇਆ, ਇਹ ਝੂਠ ਨਹੀਂ। 16 ਸਾਲ ਮਤਲਬ ਕਿ ਇਹ ਤੇ ਝੂਠ ਗੱਲ ਛੱਡ, ਲੋਕਾਂ ਕੋਲ ਮੱਥੇ ਟਿਕਾਏ, ਲੋਕਾਂ ਨੂੰ ਲੁੱਟਿਆ, ਇਹ ਤੇ ਕਿਤੇ ਵੱਡਾ ਗੁਨਾਹ ਤੂੰ ਕੀਤਾ ਆ। ਤੇ ਮੈਂ ਤੇਰੇ ਪਿਓ ਨੂੰ ਪੁੱਛਣਾ ਚਾਹੁੰਦਾ ਵੀ ਕੀ ਖਾ ਕੇ ਜੰਮਿਆ ਸੀਗਾ ਇਹੋ ਜਿਹੀ ਮਤਲਬ ਕਿ ਹਰਾਮੀ ਔਲਾਦ ਨੂੰ ਫਿਰ ਫਿਟੇ ਮੂੰਹ ਤੇ ਕਈ ਕੁਝ ਜੋ ਕੁਝ ਤੂੰ ਕਹਿ ਰਿਹਾ ਮੈਂ ਵੀ ਕਹਿੰਦਾ। ਹਾਂਜੀ, ਤੇ ਉਹ ਤੇਰੇ ਪਿਓ ਸੁਣ ਲਾ, ਹੁਣ ਤੇਰੇ ਪਿਓ ਨੇ ਕੀ ਤੈਨੂੰ ਖਾ ਕੇ ਜੰਮਿਆ ਸੀ ਉਹ ਵੀ ਸੁਣ ਲੈ। ਸ਼ਰਾਬ ਪੀ ਕੇ ਜੰਮਿਆ ਸੀ ਤੇਰੇ ਪਿਓ ਨੇ ਤੈਨੂੰ, ਸ਼ਰਾਬੀ ਸੀਗਾ ਸਿਰੇ ਦਾ ਉਹ। ਤੇ ਇਹ ਗੁਰੂ ਨਾਨਕ ਦੇਵ ਜੀ ਨੇ ਸ਼ਰਾਬ ਪੀਣ ਤੋਂ ਮਨਾ ਕੀਤਾ, ਬਾਣੀ ਚ ਵੀ ਇਹ ਗੱਲਾਂ ਲਿਖੀਆਂ ਨੇ। ਤੇ ਜਿਹੜੇ ਪਿਓ ਨੇ ਤੈਨੂੰ ਸ਼ਰਾਬ ਪੀ ਕੇ ਜੰਮਿਆ ਸੀ, ਉਹ ਸ਼ਰਾਬ ਦੀ ਜਿਵੇਂ ਕਹਿੰਦੇ ਹੁੰਦੇ ਕੀ ਖਾ ਕੇ ਜੰਮਿਆ ਤੂੰ ਗੰਦੀ ਔਲਾਦ, ਤੇ ਉਹਦਾ ਸਦਕਾ ਹੀ ਤੂੰ 16 ਸਾਲ ਹਰਾਮਜ਼ਾਦਗੀਆਂ ਕੀਤੀਆਂ। ਤੇ ਉਹਦੇ ਤੋਂ ਬਾਅਦ ਵੀ ਜੇ ਤੂੰ ਅੱਜ ਵੀ ਕਵੇਂ ਨਾ ਸੱਚ ਪੁੱਤਰ ਆ, ਉਹ ਵੀ ਸਾਰਿਆਂ ਦੇ ਸਾਹਮਣੇ ਆ, ਤੂੰ ਉਹ ਗਾਇਕ ਬਾਰੇ ਝੂਠ ਮਾਰਿਆ ਸੀਗਾ ਵੀ ਉਹ ਗਾਇਕ ਨੇ ਕੀ ਗਰੇਵਾਲ ਸੀ ਸ਼ਾਇਦ ਉਹਦਾ ਨਾਂ ਜੀ, ਉਹਨੇ ਮੈਨੂੰ ਫੋਨ ਕੀਤਾ, ਉਹਨੇ ਜੀ ਇੱਦਾਂ ਕਿਹਾ ਸਟੇਜ ਤੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੂੰ ਝੂਠ ਮਾਰਿਆ ਸੀ। ਤੇ ਉਹਨੇ ਫਿਰ ਵੀਡੀਓ ਪਾਈ ਸੀ ਵੀ ਮੇਰੇ ਕੋਲ ਤੇ ਇਹਦਾ ਨੰਬਰ ਵੀ ਨਹੀਂ ਹੈਗਾ ਵੀ ਮੈਂ ਉਹਨੂੰ ਕਾਲ ਕੀ ਕਰਨੀ ਹੈ। ਇਹ ਵੀ ਤੇਰਾ ਸਾਰਿਆਂ ਦੇ ਸਾਹਮਣੇ ਝੂਠ ਜਿਹੜਾ ਜੱਗ ਜਾਹਰਿਆ, ਜਦੋਂ ਦਾ ਤੂੰ ਆਪਣੇ ਆਪ ਨੂੰ ਸੱਚ ਪੁੱਤਰ ਬਣਿਆ ਫਿਰਦਾ ਨਾ ਉਦੋਂ ਤੋਂ। ਫਿਰ ਜਦੋਂ ਉਹ ਗੱਲ ਕੀਤੀ ਸੀ ਤੇਰੇ ਨਾਲ ਰਹਿਣ ਵਾਲੇ ਢੋਲਕੀ ਵਾਲੇ ਨੇ ਵੀ ਏਦਾਂ ਇਹਨੇ ਮੈਨੇਜਰ ਨਾ ਕੀਤਾ ਸੀ ਤੇ ਆਹ ਕੁਝ ਇਹਨੇ ਕੀਤਾ ਤੇ ਏਦਾਂ ਮੇਨਾ ਕੀਤਾ, ਤੇ ਉਹਦੇ ਬਾਰੇ ਵੀ ਤੂੰ ਝੂਠ ਮਾਰਿਆ ਸੀਗਾ, ਮੈਨੇਜਰ ਬਾਰੇ ਵੀ ਨਹੀਂ ਜੀ, ਉਹ ਤੇ 1 ਲੱਖ ਦਾ ਸਾਰਾ ਅਕਾਊਂਟ ਸੀਗਾ ਜੀ। ਹਾਂਜੀ, ਤੇ ਉਹ ਮੈਨੇਜਰ ਦੀ ਵੀਡੀਓ ਰਿਕਾਰਡਿੰਗ ਸਾਡੇ ਕੋਲ ਹੈਗੀ ਆ, ਉਦੋਂ ਵੀ ਅਸੀਂ ਤੈਨੂੰ ਨੇਕੀ ਵੀ ਬੜੀ ਬਕਵਾਸ ਮਾਰਦਾ ਸੀ, ਚੈਲੰਜ ਕੀਤਾ ਸੀ ਵੀ ਤੂੰ ਤੇ ਨੇਕੀ ਆ ਜਾਓ, ਜੇ ਤੁਸੀਂ ਸੱਚ ਸਾਬਤ ਹੋ ਗਏ ਇੰਨੇ ਲੱਖਾਂ ਡਾਲਰ ਤੁਹਾਨੂੰ ਦੇਵਾਂਗੇ, ਤੇ ਜੇ ਤੁਸੀਂ ਝੂਠੇ ਹੋਏ ਤੇ 50-50 ਛਿੱਤਰਖਾਣੇ ਮਨਜ਼ੂਰ ਕਰ ਲਿਓ, 50 ਤੇਰੇ ਤੇ 50 ਉਹਦੇ। ਉਦੋਂ ਤੋਂ ਬਾਅਦ ਨਾ ਤੇਰੀ ਆਵਾਜ਼ ਨਿਕਲੀ ਤੇ ਨਾ ਨੇਕੀ ਦੀ ਨਿਕਲੀ ਉਸ ਵਿਸ਼ੇ ਤੇ, ਤੇ ਸਾਡੇ ਕੋਲ ਮੈਨੇਜਰ ਦੀ ਵੀਡੀਓ ਰਿਕਾਰਡਿੰਗ ਹੈ। ਤੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਚ ਬਹਿ ਕੇ ਇਹ ਝੂਠ ਮਾਰਿਆ ਆਪਣੇ ਆਪ ਨੂੰ ਸੱਚ ਪੁੱਤਰ ਕਹਾਉਣ ਵਾਲਿਆ, ਤੇ ਮੈਂ ਤੇਰੇ ਪਿਓ ਨੂੰ ਪੁੱਛਣਾ ਚਾਹੁੰਦਾ ਵੀ ਇਹੋ ਜਿਹੀ ਗੰਦੀ ਔਲਾਦ ਕਿੱਥੋਂ ਜੰਮੀ ਆ, ਕੀ ਖਾ ਕੇ ਜੰਮੀ ਆ, ਜਿਹੜੀ ਮਤਲਬ ਕਿ ਆਪਣੇ ਆਪ ਨੂੰ ਅੱਜ ਸੱਚ ਪੁੱਤਰ ਕਹਾਉਣ ਦੇ ਬਾਵਜੂਦ ਵੀ ਝੂਠ ਮਾਰਦੀ ਰਹਿੰਦੀ ਆ ਸਟੇਜਾਂ ਤੇ ਬਹਿ ਕੇ। ਹੈ ਤੂੰ ਆਪਣੇ ਅੰਦਰ ਝਾਤੀ ਮਾਰ, ਕਿੰਨਾ ਕੁ ਝੂਠ ਮਾਰਦਾ ਦੂਜਿਆਂ ਨੂੰ ਗੱਲਾਂ ਕਰਨ ਵਾਲਿਆ, ਤੇ ਬਾਕੀ ਜੇ ਤੈਨੂੰ ਹੈਗਾ ਨਾ ਕੋਈ ਥੋੜਾ ਬਹੁਤਾ ਵੀ ਮੈਂ ਇੱਦਾਂ ਦੇ ਸਵਾਲ ਕਰ ਦੂ ਕੀ ਜਵਾਬ ਦੇ ਦੇਣਗੇ, ਆ ਫਿਰ ਤੂੰ ਸਾਹਮਣੇ ਬਹਿ ਕੇ ਗੱਲ ਕਰ, ਜੇ ਤੇਰੇ ਚ ਇੰਨੀ ਹਿੰਮਤ ਹੈਗੀ ਆ ਮੈਂ ਹੁਣ ਵੀ ਤੈਨੂੰ ਚੈਲੰਜ ਕਰਦਾ। ਤੇ ਬੜਿਆਂ ਨੇ ਉਹ ਥੱਲੇ ਕਮੈਂਟ ਕੀਤੇ ਸੀਗੇ ਵੀ 2 ਲੱਖ ਮੈਂ ਦਊਂਗਾ ਜੇ ਢੱਡਰੀ ਏਦਾਂ ਗੱਲ ਕਰ ਲਵੇ ਸਾਹਮਣੇ ਆ ਕੇ, ਕਿਸੇ ਨੇ ਕਿਹਾ 1 ਲੱਖ ਮੈਂ ਦਊਂਗਾ, ਕਿਸੇ ਨੇ ਕਿਹਾ 50,000 ਮੇਰੇ ਵੱਲੋਂ ਵੀ। ਹਾਂਜੀ, ਤੇ ਉਹ ਨਾਮ ਵਾਧਾ ਵਾਧਾ ਹੁਣ ਮੇਰਾ ਖਿਆਲ ਜਿੰਨਿਆਂ ਕੁ ਨੇ ਕਿਹਾ 10 ਲੱਖ ਤੇ ਹੋ ਹੀ ਗਿਆ ਹੋਣਾ। ਤੇ ਮੈਂ ਤੈਨੂੰ ਕਹਿੰਦਾ ਤੈਨੂੰ ਚੈਲੰਜ ਆ, ਜੇ ਤੂੰ ਸਾਹਮਣੇ ਬਹਿ ਕੇ ਆਪਣੇ ਆਪ ਨੂੰ ਸੱਚਾ ਤੇ ਗੁਰਬਾਣੀ ਮੁਤਾਬਕ ਸਹੀ ਸਾਬਤ ਕਰਦੇ ਨਾ, ਤੇ ਤੈਨੂੰ 10 ਲੱਖ ਰੁਪਇਆ ਇਨਾਮ ਤੂੰ ਆ, ਜੇ ਤੇਰੇ ਚ ਜ਼ੁਰਤ ਹੈ ਤੇ ਤੂੰ ਕਰ ਲਈ ਫਿਰ ਗੱਲਾਂ ਜਿਹੜੀਆਂ ਕਰਨੀਆਂ। ਡਰਦਾ ਕਿਹੜੀ ਗੱਲੋਂ ਆ ਯਾਰ, ਜੇ ਤੈਨੂੰ ਇੰਨਾ ਹੀ ਆਪਣੇ ਆਪ ਤੇ ਮਾਣ ਹੈ ਨਾ ਵੀ ਮੈਂ ਆਹ ਗੱਲ ਕਰ ਦੂ, ਕੀ ਜਵਾਬ ਹੋਏਗਾ, ਤੂੰ ਆ ਸਾਹਮਣੇ ਬਹਿ ਕੇ ਗੱਲ ਤੇ ਕਰ ਝੂਠ ਦੀ ਪੰਡ। ਸੋ ਤੇਰੇ ਝੂਠ ਤੇ ਜੱਗ ਜਾਹਰ ਨੇ ਸਬੂਤ ਨੇ ਸਾਡੇ ਕੋਲੇ ਜਿਹੜੇ ਤੂੰ ਝੂਠ ਮਾਰੇ ਹੋਏ ਨੇ ਉਹ। ਹਾਂਜੀ, ਤੇ ਦੂਜਿਆਂ ਨੂੰ ਤੂੰ ਕੀ ਕਹਿੰਦਾ, ਉਹਦੇ ਪਿੱਛੇ ਤੇ ਕਈ ਰੀਜ਼ਨ ਆ, ਉਹ ਸਮਾਂ ਕਿਹੋ ਜਿਹਾ ਸੀ, ਕੀ ਗੱਲਬਾਤ ਸੀ, ਤੇ ਸਾਡੇ ਕੋਲ ਰਿਕਾਰਡਿੰਗਾਂ ਵੀ ਕੁਝ ਹੈਗੀਆਂ ਨੇ ਜਿਹੜੇ ਜਿਨ੍ਹਾਂ ਨੇ ਮਤਲਬ ਕਿ 6 ਜੂਨ ਤੋਂ ਬਾਅਦ ਵੀ ਸੰਤਾਂ ਨੂੰ ਮਿਲੇ ਹੋਣਗੇ, ਉਹ ਵੀ ਸੁਣਾ ਦਾਂਗੇ, ਉਹ ਵੀ ਬੜਾ ਕੁਝ ਹੈਗਾ, ਉਹਦੇ ਬਾਰੇ ਵੀ ਗੱਲ ਕਰ ਲਾਂਗੇ। ਠੀਕ ਆ, ਸੁਭਾਸ਼ ਚੰਦਰ ਬੋਸ ਬਾਰੇ ਸਾਰੀ ਦੁਨੀਆ ਮੰਨਦੀ ਆ ਵੀ ਉਹ ਮਤਲਬ ਕਿ ਜੀ ਉਹ 1945 ਦੇ ਵਿੱਚ ਉੱਥੋਂ ਜਾ ਰਿਹਾ ਸੀ ਜੀ, ਉਹ ਮਾਰਿਆ ਗਿਆ, ਪਰ ਉਹਦਾ ਸੱਚ ਕੀ ਆ? ਇਹ ਜਿਹੜਾ ਕੌਣ ਬਣੇਗਾ ਕਰੋੜਪਤੀ, ਮੈਨੂੰ ਕਿਸੇ ਨੇ ਉਹ ਕਲਿੱਪ ਵੀ ਭੇਜਿਆ ਸੀ, ਉਹਦੇ ਵਿੱਚ ਵੀ ਉਹ ਕੁਐਸਚਨ ਇੱਕ ਵਾਰੀ ਕੀਤਾ ਗਿਆ ਸੀਗਾ ਵੀ ਸੁਭਾਸ਼ ਚੰਦਰ ਬੋਸ ਰਸ਼ੀਆ ਕਿੱਦਾਂ ਪਹੁੰਚਿਆ ਸੀਗਾ, ਜਪਾਨ ਗਿਆ ਸੀ, ਜਪਾਨ ਤੋਂ ਇਟਾਲੀਅਨ ਪਾਸਪੋਰਟ ਉਹਨੇ ਬਣਾਇਆ, ਜਾਲੀ ਪਾਸਪੋਰਟ ਵੀ, ਮੈਂ ਇਟਲੀ ਦਾ ਸਿਟੀਜ਼ਨ ਹਾਂ, ਅਤੇ ਉਸ 'ਤੇ ਉਹ ਰੂਸ ਪਹੁੰਚਿਆ ਸੀਗਾ। ਅਤੇ ਉਹਦੇ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਕਿੱਥੇ ਆ ਕਿੱਥੇ ਨਹੀਂ, ਅਤੇ ਉਹਦੀ ਫੋਟੋ ਵੀ ਇੱਕ ਹੈਗੀ ਆ, ਉਹ ਬੜੇ ਸਾਲਾਂ ਬਾਅਦ ਹੁਣ ਕਿਤੇ ਜਾ ਕੇ ਸਾਹਮਣੇ ਆਈ ਆ, ਅਤੇ ਉਹ ਫੋਟੋ ਉਹਦੇ ਤੋਂ 1945 ਤੋਂ ਬਹੁਤ ਬਾਅਦ ਦੀ ਆ, ਅਤੇ ਉੱਥੇ ਉਹ ਉਹਨਾਂ ਦੇ ਵਿੱਚ ਖੜਾ ਆ, ਇੰਡੀਆ ਦੇ ਮੰਤਰੀ ਵੀ ਉੱਥੇ ਖੜੇ ਨੇ, ਅਤੇ ਉਹ ਬਾਹਰਲੇ ਦੇਸ਼ ਦੀ ਫੋਟੋ ਆ। ਹਾਂਜੀ,
ਤੇ ਉਹ ਡਿਸਕਵਰੀ ਵਾਲਿਆਂ ਨੇ ਵੀ ਸਾਰਾ ਕੁਝ ਦਿਖਾਇਆ। ਸੋ ਸੱਚ ਜਿਵੇਂ ਤੈਨੂੰ ਹੁਣ ਸੰਗਤ ਬਾਰੇ ਨਹੀਂ ਸੀ ਨਾ ਪਤਾ ਲੱਗ ਰਿਹਾ ਵੀ ਸੱਚ ਕੀ ਹੈ, ਆਪਣੀਆਂ ਹੀ ਬਕਵਾਸਾਂ ਮਾਰੀ ਜਾਂਦਾ ਸੀ, ਸੱਚ ਤੋਂ ਬੜੀ ਦੂਰ ਹੁੰਦੀ ਆ ਦੁਨੀਆ, ਕੋਈ ਵਿਰਲੇ ਵਾਂਝੇ ਹੀ ਉਹ ਦਾਅਵਾ ਕਰਦੇ ਨੇ ਮੈਂ ਕੀਤਾ ਸੀਗਾ, ਤੇ ਸਰਕਾਰ ਕੋਲ ਜਵਾਬ ਵੀ ਮੰਗੇ ਸੀ ਜੇ ਹਿੰਮਤ ਸੀ ਤੇ ਦੇਣ ਜਵਾਬ। ਤੇ ਅੱਜ ਵੀ ਆ ਜਿਹੜੀਆਂ ਮੈਂ ਗੱਲਾਂ ਕਹੀਆਂ ਨਾ, ਜੇ 1140 ਨੂੰ ਹੋਇਆ ਸੀ ਫਿਰ ਉਹਦੇ ਚੋਂ 6.5 ਦੇ ਹਿਸਾਬ ਨਾਲ 74 ਬੰਦੇ ਬਣਦੇ ਆ, ਕਿਉਂ ਨੀ ਮਰੇ 74 ਛੱਡ ਕੇ, 5 ਵੀ ਕਿਉਂ ਨੀ ਮਰੇ, ਤੇ ਕਈਆਂ ਨੇ ਤੇ ਦਵਾਈ ਨੀ ਖਾਧੀ ਵਿੱਚੋਂ ਉਹਨਾਂ ਦੇ ਵੀ ਅਸੀਂ ਮਰ ਜਾਂਗੇ ਤੇ ਮਰ ਜਾਂਗੇ, ਕਿਉਂਕਿ ਸਾਨੂੰ ਕੋਈ ਲੱਛਣ ਹੀ ਨਹੀਂ, ਹੈ ਹੀ ਨਹੀਂ ਕਰੋਨਾ, ਇਹ ਉਦਾਂ ਹੀ ਬਣਾਈ ਜਾਂਦੇ ਆ, ਤੇ ਕਿੱਦਾਂ ਬਚ ਗਏ ਫਿਰ ਉਹ ਸਾਰੇ ਦੇ ਸਾਰੇ। ਸੋ ਟੱਡਰੀਆਂ ਵਾਲਿਆ, ਸੱਚ ਤੋਂ ਤੂੰ ਬੜੀ ਦੂਰ ਆ, ਦੁਨੀਆਦਾਰੀ ਵਾਲੇ ਸੱਚਾਂ ਤੋਂ ਵੀ ਬੜੀ ਦੂਰ ਆ, ਰੱਬ ਵਾਲੇ ਸੱਚ ਬਾਰੇ ਤੇ ਤੈਨੂੰ ਕੀ ਪਤਾ ਹੋਣਾ। ਦੁਬਾਰੇ ਤੈਨੂੰ ਚੈਲੰਜ ਆ, 5 ਲੱਖ ਦੀ ਜਗ੍ਹਾ 10 ਲੱਖ ਹੋ ਗਿਆ ਆ, 10-10 ਰੁਪਈਏ ਪੇਟੀਐਮ ਤੇ ਭਿਖਾਰੀ ਆ ਮੰਗਣ ਵਾਲਿਆ, ਜੇ ਤੇਰੇ ਹਿੰਮਤ ਹੈ ਤੇ ਸਾਹਮਣੇ ਬਹਿ ਕੇ 10 ਲੱਖ ਜਿੱਤ ਲਾ ਹੈ, ਤੇ ਦੂਜਿਆਂ ਨੂੰ ਤੂੰ ਬਾਬਿਆਂ ਨੂੰ ਕਹਿੰਦਾ ਜੀ ਏਦਾਂ ਜੀ ਓਦਾਂ ਦੀ, ਤੇ ਜਦੋਂ ਹੜ੍ਹ ਆਏ ਸੀਗੇ ਉਦੋਂ ਵੀ ਤੂੰ ਸਟੇਜਾਂ ਤੇ ਬਹਿ ਕੇ ਬਕਵਾਸ ਮਾਰਨ ਤੋਂ ਇਲਾਵਾ ਕੱਖ ਨਹੀਂ ਕੀਤਾ, ਤੇ ਜਿਹੜੇ ਪੰਜਾਬ ਦੇ ਵਿੱਚ ਉੱਥੇ ਜਾ ਕੇ ਸੇਵਾ ਕਰ ਰਹੇ ਸੀ ਉਹਨਾਂ ਦੇ ਬਰਖਿਲਾਫ ਵੀ ਤੂੰ ਬਕਵਾਸ ਮਾਰੀ ਸੀ। ਤੇ ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਆ, ਦੂਜਿਆਂ ਨੂੰ ਕਹਿ ਰਿਹਾ ਤੂੰ ਦੁਕਾਨਾਂ ਬੰਦ ਹੋ ਰਹੀਆਂ, ਮੈਂ ਤੇ ਕਿਸੇ ਬਾਬੇ ਨੂੰ ਨਹੀਂ ਵੇਖਿਆ ਵੀ ਉਹ ਪੇਟੀਐਮ ਤੇ 10-10 ਰੁਪਏ ਮੰਗਦਾ ਹੋਵੇ ਵੀ ਸਾਡੇ ਗੁਰਦੁਆਰੇ ਸੰਗਤ ਨਹੀਂ ਆ ਰਹੀ, ਗੁਜ਼ਾਰਾ ਨਹੀਂ ਚੱਲ ਰਿਹਾ ਜੀ, ਜਾਂ ਕੋਈ ਦਰਬਾਰ ਸਾਹਿਬ ਜਾਂ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਵਾਲੇ ਜਾਂ ਹੋਰ ਕੋਈ ਇੱਦਾਂ ਤੇਰੇ ਵਾਂਗੂ ਮੰਗ ਰਹੇ ਹੋਣ, ਤੇ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਦੁਕਾਨਦਾਰੀ ਕਿਹਦੀ ਬੰਦ ਹੋ ਰਹੀ ਆ ਤੇ ਕਿਹੜਾ ਘਾਟੇ 'ਚ ਜਾ ਰਿਹਾ ਤੇ ਕਿਹਦਾ ਕਹਿ ਲਓ ਵੀ ਬੁਰਾ ਹਾਲ ਹੋਇਆ ਪਿਆ। ਤੂੰ ਮੰਗ ਰਿਹਾ ਭਿਖਾਰੀਆਂ ਵਾਂਗੂ, ਤੇ ਉਹ 10-10 ਰੁਪਈਏ ਦੇ ਬਦਲੇ ਹੀ ਤੂੰ ਚੌਥੇ ਇੱਕ ਦਿਨ ਬਕਵਾਸ ਮਾਰਦਾ, ਚੌਥੇ ਦਿਨ ਕਿ ਦੂਜੇ ਦਿਨ ਹੀ ਉਹ ਬਹਿ ਕੇ ਬਕਵਾਸ ਮਾਰਦਾ ਰਿਹਾ, ਤੇ ਨਾਲ ਉਹ ਤੇਰੇ ਆਈ ਜਾਂਦਾ ਹੁੰਦਾ ਸੀ ਵੀ 10 ਰੁਪਈਏ ਦਓ ਜੀ ਪੇਟੀਐਮ ਰਾਹੀਂ 10 ਰੁਪਈਏ ਦਓ, ਤੇ ਜਿਹੜੇ ਦੂਜੇ ਬਾਬੇ ਨੇ ਉਹ ਤੇ ਸੇਵਾ ਕਰ ਰਹੇ ਨੇ, ਲੰਗਰ ਲਾ ਲਾ ਕੇ ਲੋਕਾਂ ਨੂੰ ਛਕਾ ਰਹੇ ਨੇ, ਜਿਨ੍ਹਾਂ ਨੂੰ ਤੂੰ ਕਹਿ ਰਿਹਾ ਦੁਕਾਨਾਂ ਬੰਦ ਹੋ ਰਹੀਆਂ ਨੇ, ਉਹ ਤੇਰੇ ਤੋਂ ਕਿਤੇ ਵਧੀਆ ਕਹਿ ਲਓ ਵੀ ਸਟੇਬਲ ਨੇ ਤੇ ਚੰਗੀ ਹਾਲਤ ਦੇ ਵਿੱਚ ਨੇ ਭਿਖਾਰੀਆ 10-10 ਰੁਪਈਏ ਮੰਗਣ ਵਾਲਿਆ, 10 ਲੱਖ ਥੋੜਾ ਨਹੀਂ ਹੁੰਦਾ, ਜੇ ਜੋਤ ਹੈ ਤੇ ਤੂੰ ਸਾਹਮਣੇ ਬਹਿ ਕੇ ਗੱਲਾਂ ਕਰੀ, ਕਰ ਲਈ ਜਿਹੜੀਆਂ ਵੀ ਕਰਨੀਆਂ ਪਾਠਾਂ ਬਾਰੇ ਵੀ ਭਾਵੇਂ ਕਰ ਲਈ, ਤੇ ਹੋਰ ਜਿਹੜੀਆਂ ਤੂੰ ਗੱਲਾਂ ਕਰ ਰਿਹਾ ਉਹਦੇ ਬਾਰੇ ਵੀ ਭਾਵੇਂ ਕਰ ਲਈ, ਤੇ ਭਾਵੇਂ ਹਜ਼ੂਰ ਸਾਹਿਬ ਬਾਰੇ ਵੀ ਕਰ ਲਈ, ਜੇ ਤੇਰੇ ਚੋਂ ਕਾਤ ਹੈ ਤੇ ਆ ਸਾਹਮਣੇ। ਇੰਨੀਆਂ ਕੁ ਗੱਲਾਂ ਕਰਦਾ ਹੋਇਆ ਮੈਂ ਕਿ ਮਾਤਾ ਜਾ ਚੁੱਕਾਂ ਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।